ਤੁਹਾਡੇ ਸਾਹਮਣੇ ਤਸਵੀਰ ਹੈ ਪੱਟੀ ਦੇ ਕੋਲ ਪੈਂਦੇ ਪਿੰਡ ਡੱਲ 'ਚ ਰਹਿਣ ਵਾਲੇ ਨੌਜਵਾਨ ਨਵਜੋਤ ਸਿੰਘ ਦੀ, ਜੋ 3 ਦਿਨ ਪਹਿਲਾਂ ਆਪਣੇ ਘਰੋਂ ਆਪਣੇ ਦੋਸਤਾਂ ਦੇ ਨਾਲ ਇੱਕ ਵਿਆਹ ਦੀ ਪਾਰਟੀ 'ਤੇ ਗਿਆ ਸੀ, ਪਰ ਮੁੜ ਕੇ ਉੱਥੋਂ ਕਦੇ ਵਾਪਸ ਹੀ ਨਹੀਂ ਆਇਆ ਅਤੇ ਪੂਰਾ ਪਰਿਵਾਰ ਉਸ ਤੋਂ 3 ਦਿਨ ਤੱਕ ਲੱਭਦਾ ਰਿਹਾ। ਮੁੰਡਿਆਂ ਤੋਂ ਦੋਸਤਾਂ ਤੋਂ ਵੀ ਪੁੱਛਗਿੱਛ ਕੀਤੀ, ਪਰ ਕਿਸੇ ਨੇ ਕੋਈ ਖਾਸ ਜਵਾਬ ਨਾ ਦਿੱਤਾ। ਪਰ ਉਸ ਵਕਤ ਸਭ ਦੇ ਹੋਸ਼ ਉੱਡ ਗਏ ਜਦੋਂ ਇਹਨਾਂ ਦੇ ਪੁੱਤ ਨਵਜੋਤ ਦੀ ਲਾਸ਼ 3 ਦਿਨ ਬਾਅਦ ਟ੍ਰੇਨ 'ਚੋਂ ਮਿਲੀ। ਲੜਕੇ ਨੂੰ ਨਾ ਲੈ ਕੇ ਗਏ ਆ ਜੋਗਾ ਸਿੰਘ। ਅੱਛਾ, ਜੋਗਾ ਸਿੰਘ ਲੈ ਕੇ ਗਏ ਵੀ ਆਪਾਂ ਵਿਆਹ ਜਾਣਾ, ਪਾਰਟੀ ਆ। ਜੋਗਾ ਸਿੰਘ ਪਿੰਡ ਦਾ ਡਲਦਾ ਰਹਿਣ ਵਾਲਾ? ਡਲਦਾ ਹੀ ਆ। ਅੱਛਾ ਜੀ। ਉਹ ਕਹਿੰਦਾ ਵੀ ਅਸੀਂ ਆਪਾਂ ਜਾਣਾ ਪਾਰਟੀ ਦੇ ਵੇਖਣ ਜਾਣਾ ਵਾ, ਅਤੇ ਉਹ ਲੈ ਕੇ ਗਏ ਆ ਅਤੇ ਉਹ ਮਤਲਬ ਸ਼ਾਮ ਰਾਤ ਨਹੀਂ ਆਏ, ਰਾਤ ਆਏ ਨਹੀਂ ਗੇ ਸਾਨੂੰ। ਅਸੀਂ ਦਿਨੇ ਉਹਨਾਂ ਨੂੰ ਪੁੱਛਿਆ ਅਤੇ ਦਿਨੇ ਉਹਨਾਂ ਨੇ ਦੱਸਿਆ ਨਹੀਂ, ਕੁਛ ਟਾਲ ਮਟੋਲ ਕੀਤਾ। ਉਸ ਤੋਂ ਬਾਅਦ ਅਸੀਂ ਭਾਲ ਕਰਨੀ ਸ਼ੁਰੂ ਕਰ ਦਿੱਤੀ ਆਪਣੇ ਬੱਚੇ ਦੀ, ਅਤੇ ਮਤਲਬ ਉਹ ਨਹਿਰ ਦੇ ਵਿੱਚੋਂ ਲੱਭਾ ਸਾਨੂੰ ਜਿਹੜਾ। ਕਿੰਨੇ ਦਿਨ ਬਾਅਦ ਲੱਭੇ ਜਿਹੜਾ? ਉਹ ਸਾਨੂੰ ਇਹ ਮਤਲਬ ਕੋਈ 1 ਦਿਨ, 3 ਦਿਨ ਲੱਭਾ ਜਾ ਕੇ। ਕੋਈ ਇਸ ਸੰਬੰਧੀ ਦਿੱਤਾ ਸੀ ਸੂਚਨਾ? ਦਿੱਤੀ ਸੀ ਪੁਲਿਸ? ਸੂਚਨਾ ਪੁਲਿਸ ਨੂੰ ਦਿੱਤੀ ਸੀ, ਗੁੰਮਸ਼ੁਦਗੀ ਦੀ ਦਿੱਤੀ। ਅਤੇ ਹੁਣ ਕੀ ਮਾਮਲਾ ਦਰਜ ਕੀਤਾ ਗਿਆ ਪੁਲਿਸ? ਹੁਣ ਉਹਨਾਂ ਨੇ FIR ਕੀਤੀ, ਉਹ ਬੰਦੇ ਫੜੇ ਨਾਲ ਜੀ, ਉਹ ਸਮਗਲਰ ਸੀ ਬੰਦੇ, ਅਤੇ ਉਹਨਾਂ ਨੂੰ ਫਸਲਾ ਕੇ ਲੈ ਗਏ ਮੁੰਡੇ ਆਪਣੇ ਨਾਲ। ਗੱਲ ਜੀ, ਆਏ ਮੁੰਡੇ ਜੋਗਾ ਸਿੰਘ ਹੁਣੀ, ਇਹਨਾਂ ਆਵਾਜ਼ ਮਾਰ ਕੇ ਕਹਿੰਦੇ ਆਪਾਂ ਵਿਆਹ ਦੀ ਪਾਰਟੀ 'ਤੇ ਜਾਣਾ, ਸਾਡੇ ਨਾਲ ਚੱਲ। ਘਰੋਂ ਤਿਆਰ ਕਰਕੇ 8:30 ਦਾ ਟਾਈਮ ਆ ਜਦੋਂ ਲੈ ਗਏ ਆ, ਨਵਜੋਤ ਸਿੰਘ ਮੁੜ ਕੇ ਵਾਪਸ ਨਹੀਂ ਆਇਆ। ਅਸੀਂ ਸੁਬਾਹ ਭਾਲ ਕੀਤੀ ਆ 10 ਵਜੇ ਵੀ ਕਿੱਥੇ ਆਊ ਕਿੱਥੇ ਆਊ, ਮੁੜ ਕੇ ਇਹਨਾਂ ਨੂੰ ਪੁੱਛਿਆ ਨਾ, ਕੁਛ ਨਹੀਂ ਕੋਈ ਦੱਸਿਆ, ਉਲਟ ਮੋਲੇ ਕਰੀ ਗਏ, ਉੱਥੇ ਆ ਉੱਥੇ ਆ। 3 ਦਿਨ ਅਸੀਂ ਮੁੜ ਕੇ, ਕੱਲ੍ਹ ਲਾਸ਼ ਡਰੇਨ 'ਚੋਂ ਸਾਨੂੰ ਮੁੱਧਾ ਡਿੱਗਾ ਪਿਆ ਹੈ, ਕਾਲੇ ਪੜਕੇ ਨਾਲ ਮੂੰਹ ਵੱਧਾ ਹੋਇਆ, ਗੰਢਾਂ ਮਗਰ 3 ਦਿੱਤੀਆਂ। ਇਸ ਸੰਬੰਧੀ ਕੋਈ ਲਿਖਤੀ ਥਾਣੇ ਦਿੱਤੀ ਹੋਈ? ਹਾਂਜੀ, ਰਿਪੋਰਟ ਅਸੀਂ ਪਹਿਲਾਂ ਦੇ ਗਏ ਹਾਂ ਜੀ। ਕੀ ਕਾਰਵਾਈ ਹੋਈ? ਗੁੰਮ ਵੀ ਸਾਡਾ ਬੱਚਾ ਗੁੰਮਿਆ, ਲੱਭ ਨਹੀਂ ਰਿਹਾ। ਕਾਰਵਾਈ ਕੀ ਹੋਈ ਪੁਲਿਸ? ਪੁਲਿਸ ਨੇ ਕਾਰਵਾਈ ਕੱਲ੍ਹ ਕੀਤੀ ਹੈ, ਜਾ ਕੇ ਕੱਲ੍ਹ ਗਈ ਪੁਲਿਸ ਮੌਕੇ 'ਤੇ ਗਈ। ਕੀ ਮੰਗ ਕਰਦੇ ਆ ਤੁਸੀਂ? ਅਸੀਂ ਇਹਨੇ ਸਾਡਾ ਇਨਸਾਫ ਮਿਲਣਾ, ਸਾਡੇ ਬੱਚੇ ਨੂੰ ਉਹਨਾਂ ਮਾਰਤਾ, ਨਪੋਲ ਖੜ ਕੇ ਮਾਰਿਆ, ਕੋਈ ਸਾਡਾ ਬੱਚਾ ਨਸ਼ਾ ਨਹੀਂ ਕਰਦਾ, ਅੰਮ੍ਰਿਤਧਾਰੀ ਪਰਿਵਾਰ ਆ, ਬਿਲਕੁਲ ਆਪਾਂ ਟਿੰਟ ਦਾ ਹੀ ਕੰਮ ਕਰ ਰਹੇ ਹਾਂ, ਦੁਕਾਨ ਕਰ ਰਹੇ ਹਾਂ। ਅਤੇ ਹੁਣ ਉਸਦੇ ਪਰਿਵਾਰ ਅਤੇ ਪਿੰਡ 'ਚ ਸੋਗ ਦਾ ਮਾਹੌਲ ਹੈ। ਪਰਿਵਾਰ ਵਾਲਿਆਂ ਮੁਤਾਬਕ ਉਹਨਾਂ ਨੂੰ ਬਾਅਦ 'ਚ ਖਬਰ ਹੋਈ ਕਿ ਨਵਜੋਤ ਦੇ ਦੋਸਤ ਉਸਨੂੰ ਆਪਣੇ ਨਾਲ ਤਾਰਪਾਲੀ ਜ਼ਮੀਨ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਲੈ ਕੇ ਆਉਣ ਲਈ ਨਾਲ ਲੈ ਗਏ ਸਨ, ਅਤੇ ਵਾਪਸੀ ਵੇਲੇ ਨਵਜੋਤ ਡਰੇਨ 'ਚ ਡੁੱਬ ਗਿਆ ਅਤੇ ਉਸਨੂੰ ਤੈਰਨਾ ਨਹੀਂ ਸੀ ਆਉਂਦਾ। ਪਰਿਵਾਰ ਨੇ ਇਸਦੇ ਲਈ ਹੁਣ ਨਵਜੋਤ ਦੇ ਦੋਸਤਾਂ ਨੂੰ ਦੋਸ਼ੀ ਠਹਿਰਾਇਆ। ਉੱਥੇ ਇਸ ਮਾਮਲੇ ਦੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਹੜਾ ਮੁੰਡਾ ਡੱਲ ਵਾਲਾ ਮਰਿਆ ਜੀ, ਉਹਦੇ ਸੰਬੰਧੀ ਕੀ ਕਿਹੜਾ? ਉਹਦੇ ਬਾਪ ਨੇ ਦੇ ਬਿਆਨਾਂ 'ਤੇ 6 ਬੰਦਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਵਾ। ਅਤੇ ਬਾਪ ਨੇ ਦੱਸਿਆ ਕਿ 16 ਤਰੀਕ ਨੂੰ ਮੇਰੇ ਲੜਕੇ ਨੂੰ ਅੰਗਰੇਜ਼ ਸਿੰਘ, ਜੋਗਾ ਸਿੰਘ ਅਤੇ ਮੇਜਰ ਸਿੰਘ, ਇਸ ਤਰ੍ਹਾਂ ਕਰਕੇ 4-5 ਜਣੇ ਇੱਥੇ ਪਿੰਡ ਦੇ ਹੀ ਆ, ਉਹ ਆਏ ਸੀ। ਉਹਨਾਂ ਕਿਹਾ ਸੀ ਵੀ ਕਿਸੀ ਕਿਤੇ ਵਿਆਹ ਜਾਣਾ ਵਾ, ਅਤੇ ਵਿਆਹ ਦਾ ਬਹਾਨਾ ਮਾਰ ਕੇ ਲੈ ਗਏ। ਅਤੇ 1 ਦਿਨ ਮੇਰਾ ਉਹਦਾ ਮੁੰਡਾ ਲੱਭਿਆ ਨਹੀਂ ਗਿਆ, ਅਤੇ 2 ਦਿਨ ਬਾਅਦ ਜਦੋਂ ਉਹਨੂੰ ਪਤਾ ਲੱਗਾ ਅਤੇ ਉਹਦੀ ਲਾਸ਼ ਡਰੇਨ ਦੇ ਵਿੱਚੋਂ ਮਿਲੀ ਆ। ਅਤੇ ਫਿਰ ਉਹਨੇ ਦੱਸਿਆ ਵੀ ਇਹ ਜਿਹੜੇ ਮੇਰੇ ਮੁੰਡੇ ਨੂੰ ਤਰਨਾ ਤੁਰਨਾ ਨਹੀਂ ਸੀ ਆਉਂਦਾ, ਅਤੇ ਇਹ ਬਾਰਡਰ 'ਤੇ ਲੈ ਗਿਆ, ਅਤੇ ਬਾਰਡਰ ਤੋਂ ਇਹਨਾਂ ਨੇ ਰਾਤ ਕੋਈ ਸਮਾਨ ਚੱਕਣਾ ਸੀ, ਅਤੇ ਉੱਥੇ ਮਿਲਿਆ ਜਾਂ ਨਹੀਂ ਮਿਲਿਆ, ਅਤੇ ਛੱਕੀ ਹਾਲਤ ਦੇ ਵਿੱਚ ਡੈੱਡ ਬੋਡੀ ਆ ਜਿਹੜੀ। ਇਹ ਜਿਹੜੇ ਮੁੰਡੇ ਦੀ ਡੈੱਥ ਹੋਈ ਹੈ ਜੀ, ਇਹ ਨਸ਼ਾ ਕੋਈ ਵਗੈਰਾ ਕਰਦਾ ਸੀ? ਇਹ ਪਤਾ ਲੱਗਾ ਵੀ ਪਹਿਲਾਂ ਨਸ਼ੇ ਵਗੈਰਾ ਦਾ ਸੇਵਨ ਕਰਦਾ ਸੀ ਇਹ, ਅਤੇ ਇਹਦੀ ਜਿੰਨੀ ਸੰਗਤ ਆ ਸਾਰੀ ਮਾੜੀ ਸੀ। ਪਰਿਵਾਰ ਦਾ ਤਾਂ ਕਹਿਣਾ ਮੁੰਡਾ ਭਲਵਾਨੀ ਕਰਦਾ ਸੀ, ਕੋਈ ਇਹੋ ਜਿਹਾ ਨਹੀਂ, ਪਰ ਗੁਰੂ ਸਿੱਖ ਪੜ੍ਹਦੇ ਸਮੇਂ 'ਤੇ ਕਰਦਾ ਵੀ ਸੀ, ਪਰ ਹੁਣ ਫਿਲਹਾਲ ਇਹ ਦਵਾਈ ਵੀ
ਲੈ ਰਿਹਾ ਸੀ ਕਿਸੇ ਸੈਂਟਰ ਤੋਂ। ਸਰ ਇਹਦੇ ਤੇ ਕੋਈ ਪਹਿਲਾਂ ਮੁਕਦਮਾ ਦਰਜ? ਹਾਂ ਇਹਦੇ ਤੇ ਪਹਿਲਾਂ ਇਹ ਸੀ ਐਂਟੀਸਪੈਕਟ ਵਗੈਰਾ ਦੇ ਤਰੀਕੇ ਪਰਚੇ, ਪਰ ਹੋਰ ਪਰਚੇ ਦਰਜ ਹੈ। ਉਨੇ ਤਾਂ ਪੁਲਿਸ ਤਫਤੀਸ਼ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਇਸ ਮਾਮਲੇ ਪਿਛਲੀ ਅਸਲ ਸੱਚਾਈ ਕੀ ਹੈ, ਆਖਿਰ ਕਿਵੇਂ ਇਹਨਾਂ ਦਾ ਜਵਾਨ ਪੁੱਤ ਡੁੱਬ ਕੇ ਮਾਰਿਆ ਗਿਆ ਤੇ ਕੀ ਰਾਜ਼ ਹੈ ਪਾਕਿਸਤਾਨ ਦੀ ਉਸ ਹੈਰੋਇਨ ਦਾ। ਭਿੱਖੀਵਿੰਡ ਤੋਂ ਪਲਵਿੰਦਰ ਕੰਡਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ? ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡ ਈ ਸਰਵਿਸਿਜ਼ ਨੂੰ 9563 9563 ਤੇ।